ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਹੱਡੜ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਬਗੀਚੇ ਭਾਅ ਜੀ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚ 2 ਤਾਜ਼ੀਆਂ ਸੂਈਆਂ ਵਾ ਅਤੇ 2 ਗੱਭਣਾਂ ਵਾ ਜੇ ਤਿਆਰ ਹੀ ਆ ਜਿਹੜੀਆਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ? ਬਸ ਵਧੀਆ, ਠੀਕ ਠਾਕ ਜੀ। ਚਲੋ ਠੀਕ ਠਾਕ ਹੀ ਚਾਹੀਦਾ ਜੀ। ਅੱਜ ਚਾਰੇ ਫਿਰ ਮੱਝਾਂ ਹੀ ਆ? ਹਾਂਜੀ, ਮੱਝਾਂ ਹੀ ਜੀ ਚਾਰੇ। ਠੀਕ ਆ, ਤੇ ਚਲੋ ਨਾਮ ਦੱਸ ਦੇ ਕਰੀ। ਨਾਮ ਮੇਰਾ ਬਗੀਚਾ ਸਿੰਘ ਜੀ। ਹਾਂਜੀ, ਪਿੰਡ ਹਰੜ ਕਲਾਂ, ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦੇ? 9923-64-209। ਠੀਕ ਆ। ਹਾਂਜੀ, ਤੇ ਸ਼ੁਰੂਆਤ ਫਿਰ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲਈ। ਕਿੰਨਵਾਂ ਸੂਆ ਸੂਈ ਜੀ? ਇਹ ਪਹਿਲਾ ਹੀ ਸੂਆ ਜੀ ਭਾਜੀ, ਪਹਿਲਾ ਸੂਆ। ਤੇ ਕਿੰਨਾ? 5ਵਾਂ ਦਿਨ ਜੀ। ਤੇ ਚਵਾ ਚ ਓਕੇ? ਪੂਰਾ ਪੂਰਾ ਵਧੀਆ, ਬੱਚਾ ਲਾ ਕੇ ਵਿਖਾ ਦਿੰਦੇ ਆਪਾਂ। ਅੱਛਾ, ਓਲ ਓਲ ਤੇ ਨਹੀਂ ਕਰਦੇ? ਨਾ ਨਾ ਨਾ, ਕੋਈ ਚੱਕਰ ਨਹੀਂ ਹੈਗਾ। ਚਲੋ ਛੱਡੋ, ਹਾਂ ਬੱਚਾ ਛੱਡ ਕੇ ਵਿਖਾ ਦਿੰਦੇ, ਫੇਰ ਹੀ ਤੋਰ ਕੇ ਦਿਖਾਉਂਦੇ ਹਾਂ। ਪਹਿਲਾਂ ਤਾਂ ਇਹ ਹੁੰਦਾ ਕਿ ਪਤਾ ਲੱਗ ਜਾਂਦਾ ਪ੍ਰੋਪਰ, ਕਿ ਕਈ ਵਾਰੀ ਓਲ ਓਲ ਨਾ ਕਰਦੀ ਹੋਵੇ। ਮਗਰ ਵੀ ਇਹਦੇ ਨੀਲੀ ਦੀ ਕੱਟੀ ਆ ਜਿਹੜੀ, ਹਾਂ ਦੇ ਸਕਦੇ, ਕੱਟੀ ਵੀ ਮਗਰ ਚੰਗੀ ਆ, ਨੀਲੀ ਦੀ ਕੱਟੀ ਆ ਅਤੇ ਆਪ ਵੀ ਝੋਟੀ ਨੀਲੀ ਦੀ ਆ ਜਿਹੜੀ। ਨਿਸ਼ਾਨੀਆਂ ਕੱਟੀ 'ਚ ਵੀ ਸਾਰੀਆਂ ਪੂਰੀਆਂ। ਹਾਂ, ਇਸ ਤਰ੍ਹਾਂ ਜਿਹੜਾ ਬੱਚੇ 'ਤੇ ਮਿਲਦੀ ਦੋਵੇਂ ਟਾਈਮ? ਠੀਕ ਆ, ਥਾਣੇ ਦੇਖ ਸਕਦੇ ਇਹਦੇ ਪਸੰਗੇ। ਦਿਖਾ ਦਿਓ ਇਹਦੀ ਚਵਾ ਫਿਰ ਇਹਦਾ। ਅਤੇ ਪਿਛਲੇ ਥਾਣਾਂ ਦਾ ਵੀ ਦਿਖਾ ਦਿਓ, ਬਾਕੀ ਥਾਣ ਵੀ ਪ੍ਰੋਪਰ ਹੱਥ 'ਚ ਆਉਣ ਵਾਲੇ ਆ ਜਿਹੜੇ। ਬਾਕੀ ਮਗਰ ਕੱਟੀ ਵੀ ਬੜੀ ਖੂਬਸੂਰਤ ਨੀਲੀ ਦੀ, ਤੇ ਤੋਰੋ ਹਾਂ ਫਿਰ ਇੱਕ ਨੂੰ, ਤੇ ਆਪ ਵੀ ਝੋਟੀ ਦਾ ਕੱਦ ਕਾਠ ਚਲੋ ਚੰਗਾ ਵਾ। ਠੀਕ ਆ, ਬਾਕੀ ਥੱਲਿਆਂ ਬੜੀ ਸਫਾਈ 'ਚ ਤਿਆਰ ਹੋਈ ਆ, ਅਤੇ ਉਸ ਤਰ੍ਹਾਂ ਕੱਟ ਕੱਟ ਪਿੱਠ ਪੁੜੀ ਦੀ ਵੀ ਚੰਗੀ। ਅਸੀਂ ਥੋੜ੍ਹਾ ਥੱਲੇ ਚਿੱਕੜ ਜਿਹਾ ਪਿਆ, ਰਾਤੀ ਮੀਂਹ ਕਾਫੀ ਪੈ ਗਿਆ ਜਿਹੜਾ। ਇੱਕ ਵਾਰੀ ਫਿਰ ਤੋਰ ਦਿਓ, ਚਲੋ ਇੱਧਰ ਨੂੰ ਤੋਰ ਦਿਓ, ਚੰਗੀ ਤਰ੍ਹਾਂ ਦਿਖਾ ਦਈਏ। ਕੱਟੀ ਤਾਂ ਥੋੜ੍ਹਾ ਜਿਹਾ ਵੱਧ ਕਰਦੀ। ਹਾਂ ਦੇਖ ਸਕਦੇ ਪਿੱਠ ਪੁੜੀ ਤੋਂ ਇੱਕ ਵਾਰੀ। ਬੰਦ ਹੋ ਜੀ ਫਿਰ ਇਹਨਾਂ ਹੁਣ। ਤੇ ਕਿੰਨਾ ਮੁੱਲ ਰੱਖੀਏ ਵੀਰ ਜੀ ਫਿਰ ਇਹਦਾ? 85,000 ਦੀ। ਅੱਛਾ, 82,000 ਦੀ ਦੇ ਦਈਏ। ਥੋੜਾ ਪਤਾ ਕਰ ਦਈਏ, ਮਨ ਪੂਰੇ 80 ਦੀ ਦੇ ਦਈਏ। 80 ਦੇ ਦਿੰਦੇ, ਝੋਟੀ ਬੜੀ ਚੰਗੀ ਜੀ। ਅੱਜ 2 ਨੀਲੀ ਰਾਵੀਆਂ ਦੇ ਦੇਣੀਆਂ ਇਕੱਠੀਆਂ। ਆ 2 ਦੇ ਦੇਣੀਆਂ ਕੱਟੀ, ਵੇਖੋ ਬੜੀ ਸ਼ਾਨਦਾਰ ਜੀ ਮਗਰ। ਮਗਰ ਕੱਟੀ ਵੀ ਜਿਹੜੀ ਚੰਗੀ ਆ, ਨਾਲੂ ਲੱਥ ਗਿਆ ਬੱਚੇ ਦਾ। ਠੀਕ ਆ, ਬਾਕੀ ਤਾਜ਼ਾ ਹੀ ਆ ਬੱਚਾ ਜਿਹੜਾ। ਤੇ ਇਹ ਵੀ ਥੱਲੇ ਕਾਫੀ ਸਫਾਈ ਜਿਹਾ ਜਿਹੜੀ। ਤੇ ਹੁਣ ਇੱਕ ਆ ਜਿਹੜੀ ਝੋਟੀ ਤੁਹਾਨੂੰ ਦਿਖਾਉਣੀ ਆ,
ਇਹਦਾ ਵੀ ਛੋਟਾ ਸਿੰਘ ਆ, ਕੱਦ ਕਾਠ ਇਹਦਾ ਵਿੱਚ ਆ। ਇਹ ਵੀ ਬੜੀ ਭਾਈ ਚੰਗੀ ਜੇ, ਬੂਸ਼ੀ ਜੇ ਇਹਦੀ। ਅੱਛਾ, ਇਹ ਬੂਸ਼ੀ ਵਾਲੀ ਆ, ਉਹ ਬੂਸ਼ੀ ਟੰਗੀ ਜੇ। ਤੇ ਇਹਦੇ ਕੋਲ ਕਿੰਨਾ ਦੁੱਧ ਵਿੱਚ? 10 ਕਿਲੋ ਯੂ ਲੀਟਰ ਵਾਲਾ। ਅੱਛਾ, ਪੱਕਾ ਦੁੱਧ ਹੈਗਾ ਜਿਹੜਾ 10 ਕਿਲੋ ਹੈਗਾ। ਤੋੜ ਦੋ ਫਿਰ ਇਹਨੂੰ। ਤੋੜ ਦਿੰਦੇ ਬਈ। ਇਹਨੂੰ ਝੱਬੂ ਨਹੀਂ ਪਾਇਆ ਅਜੇ ਭਾਜੀ, ਮਾਲ ਆਇਆ ਹੀ ਜੇ ਸਾਰਾ। ਅੱਛਾ ਹਾਂਜੀ, ਤੇ ਹੁਣ ਟਾਈਮ ਨਹੀਂ ਲੱਗਾ। ਠੀਕ ਆ, ਲੈ ਕੇ ਆਏ ਹਾਂ। ਬਾਕੀ ਜੇ ਉਸ ਤਰ੍ਹਾਂ ਹੀ ਟੱਲੀ ਟੁੱਲੀ ਪਿੱਛੇ ਜਿਸ ਤਰ੍ਹਾਂ ਪਈ ਆਈ ਉਹੀ ਆ। ਹੈਗੀ ਠੰਡੀ ਧੀਰੀ ਆ ਉਸ ਤਰ੍ਹਾਂ ਹੈਗੀ। ਦਸ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ। ਲੈ ਜਾ ਠੀਕ ਆ। ਬਾਕੀ ਇਹ ਵੀ ਚਲੋ ਜਿੰਨੀ ਆ ਥੱਲੇ ਸਫਾਈ ਜਿਹਾ, ਤੇ ਕੱਦ ਕਾਠ ਪਿੱਠ ਪੁੜੇ ਦੀ ਜਿਹੜੀ ਚੰਗੀ ਆ, ਆਹ ਹਵਾਨਾ ਇਹਦਾ ਲਾਗੇ ਤੋਂ ਦੇਖ ਸਕਦੇ ਜੀ। ਤੇ ਕਿੰਨਾ ਵੀਰ ਜੀ ਫਿਰ ਇਹਦਾ ਮੁੱਲ? ਇਹਦਾ ਮੁੱਲ ਹਰ ਵੀ ਭਾਈ 50,000 ਜੀ। ਅੱਛਾ ਹਾਂਜੀ, ਤੇ ਕਿੰਨੇ ਦੀ ਦੇਣੀ ਆਪਾਂ? ਇਹ 70 ਦੀ ਦੇਣਾ। ਇਹ 70,000 ਦੀ ਦੇਣੀ, ਉਹ ਇਹਦੀ ਬੂਸ਼ੀ ਜੀ। ਠੀਕ ਆ, ਬੂਸ਼ੀ ਗਾੜੀ ਰੱਖੋ ਤੇ ਬਸ ਕਿਉਂ ਹੋ ਜੀ, ਅੱਗੇ ਰੱਖੋ ਤੇ ਭਾਵੇਂ 3 ਟਾਈਮ ਚੋ ਲੋ। ਠੀਕ ਆ ਜੀ, ਹਾਂਜੀ ਠੀਕ ਆ। ਤੇ ਹੁਣ ਆ ਗਈ ਆਪਣੇ ਕੋਲ ਤੇ ਪਹਿਲਾਂ ਹੁਣ ਗੱਬਣਾ ਆ ਗਈਆਂ ਦੋ। ਇਹ ਪਹਿਲਾ ਸੂਆ ਜਿਹੜਾ ਇਹਨੇ ਸੋਣਾ, ਅਜੇ ਭੁਲਾ ਭੁਲਾ ਪੈਣ ਦੀਆਂ ਹਵਾਨੇ ਤੇ। ਚੰਗੀ ਸਾਂਭੀ ਸੁੰਭੀ ਆ ਵੀ ਪਿੱਠ ਪੁੜੇ ਦੀ ਜਿਹੜੀ ਚੰਗੀ ਆ। ਤੇ ਤੋਰ ਦਾ ਫਿਰ ਇਹਨਾਂ ਨੂੰ ਚੰਗੀ ਤਿਆਰ ਹੁੰਦੀ ਆ। ਸਾਂਭੀ ਸੁੰਭੀ ਚੰਗੀ ਰੀਝਣਾ ਵਾ ਜਿਹੜੀ। ਅੱਜ ਲੈ ਆਓ, ਪਹਿਲਾਂ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਵਾ ਤੇ ਪਿੱਠ ਪੁੜੇ ਤੋਂ ਵੀ ਚੰਗੀ ਆ। ਬਾਕੀ ਬਹੁਤੇ ਦਿਨ ਨਹੀਂ ਇਹਨੇ ਖੜਨੇ, ਛੇਤੀ ਸੂ ਪੈਣਾ ਸੀ। ਭੁਲਾਂ ਦਈਆਂ ਹਵਾਨੇ ਤੇ ਪੈਣ। ਤੇ ਬਾਕੀ ਥਣ ਵੀ ਚੰਗਾ ਬਣਾਉਣਾ ਵਾ ਇਹਨੇ, ਪਹਿਲੇ ਸੂ ਵੀ ਚੰਗੇ ਗੈਪ 'ਤੇ ਆ ਥਣ ਜਿਹੜਾ। ਠੀਕ ਆ, ਤੇ ਇਹਦਾ ਮੁੱਲ ਵੀਰ ਜੀ ਫਿਰ? ਅੱਛਾ ਹਾਂਜੀ, ਤੇ ਕਿੰਨੇ ਦੀ ਦੇ ਦੇਣੀ? 80,000 ਦੀ ਦੇ ਦੇਣੀ ਹੈ। ਠੀਕ ਹੈ, ਠੀਕ ਆ। ਬਾਕੀ ਚਲੋ ਕੋਈ ਫੋਨ ਲਾਵੇ ਮਾਤਾ ਸਾਰੀਆਂ ਥੋੜੇ ਬਾਤੇ ਹੋ ਜਾਣਗੇ। ਤੇ ਹੁਣ ਇੱਕ ਆ ਵੀ ਮੱਝ ਜਿਹੜੀ ਗੱਭਣੀ ਆ, ਥਾਣਾ ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੀ। ਇਹ ਕਿੰਨਾ ਕਿਲਾ ਜੀ ਟਾਈਮ ਵਧੀਆ ਜੀ? ਤੋਰ ਦੋ ਫਿਰ ਇਹਨਾਂ ਨੂੰ। ਕੱਦ ਕਾਠ ਦੀ ਉਤਰ ਇਹ ਵੀ ਚੰਗੀ ਆ, ਇਹ ਜ਼ਿਆਦਾਤਰ ਮੱਝ ਅੰਦਰ ਹੀ ਵੱਜੀ ਰਹੀ ਆ। ਬਾਕੀ ਆ ਪਿੱਠ ਪੁੜੇ ਤੋਂ ਆਪਾਂ ਦੇਖ ਸਕਦੇ ਚੰਗੀ ਆ ਜਿਹੜੀ।
ਲੈ ਜਾ ਵੀਰ ਜੀ। ਬਾਕੀ ਇਹ ਵੀ ਚੰਗੀ ਤਿਆਰ ਹੋਣੀ, ਅੱਜ ਮੱਝਾਂ ਸਾਰੀਆਂ ਭਾਰੇ ਪੱਲੇ ਦੀਆਂ ਹੀ ਹੈ ਜਿਹੜੀਆਂ। ਤੇ ਇਹਦਾ ਫਿਰ ਮੁੱਲ ਕੀ ਰੱਖਣਾ ਵੀਰ ਜੀ? ਇਹਦਾ ਭਾਈ ਸੇਮ ਹੀ ਜੀ ਮੁੱਲ। ਅੱਛਾ, ਹਾਂਜੀ। ਅੱਜ ਜ਼ਿਆਦਾਤਰ 80 ਦੇ ਲਾਗੇ ਬੰਨੇ ਹੀ ਆਗੇ ਸਾਰੇ, ਇਤਨਾ ਜੋ ਜਿਹੜੀ ਕਿਸੇ ਜੀ ਕਰੇ ਉਹ ਲੈ ਜੀ। ਠੀਕ ਆ, ਹਾਂਜੀ। ਤੇ ਠੀਕ ਆ ਵੀਰ ਜੀ, ਫਿਰ ਹੋਰ ਕੁਛ ਕਹਿਣਾ? ਬਸ ਵੀਰ ਜੀ ਇਹੋ ਹੀ ਆ, ਜਿਹੜਾ ਸੋਇਆ ਸੋਇਆ ਨੂੰ ਚੁੱਕ ਕੇ ਖੜੋ। ਹਾਂਜੀ, ਗੱਬਰ ਨੂੰ ਆਪਣੀ ਤਸੱਲੀ ਕਰਕੇ ਖੜੋ। ਠੀਕ ਆ ਜੀ, ਸੂਈਆਂ ਜਿਹੜੀਆਂ ਆਪਣੀ ਚਵਾਈ ਕਰੋ, ਦੋ ਟਾਈਮ ਚੋਲੋ, ਤਿੰਨ ਟਾਈਮ ਚੋਲੋ, ਤੇ ਗੱਬਨ ਆਪਣੀ ਪਾਸ ਕਰਕੇ ਖੜੋ। ਜੇ ਕੋਈ ਨਹੀਂ ਵੀ ਵੀਰ ਆ ਸਕਦਾ, ਵੀਡੀਓ ਕਾਲ 'ਤੇ ਪਾਸ ਕਰਾ ਲਏ ਅਤੇ ਵੀਡੀਓ ਕਾਲ 'ਤੇ ਹੀ ਆਪਣੀ ਚੋਈ ਕਰਾ ਲਏ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।